तो देख रहे हो सांचा टीवी, मैं हाँ तुहाडे नाल अर्शदीप। तो तुहाडा सारिआं दा प्रोग्राम बिजनेस कनैक्ट दे विच स्वागत है। इस प्रोग्राम दे विच अज पहुंचे होए हैं, तुसीं पिछे देख सकदे हां, लड्डू फैक्टरी, जिथे कि अज नवीआं ताजीआं मिठाइयां दे बारे गलबात होनी है, दिवाली दे मौके की कुछ होण वाला उस बारे गलबात होनी है, ते होर बहुत सारीआं गल्लां बातां मिठाइयां नूं लै के, इस इंडस्ट्री नूं लै के, सर्विस नूं लै के होणगीआं। सो आओ फिर अंदर चलीए ते करिए गलबात बब्बर सिंह टंबर होरां दे नाल। ਮਿਠਿਆਈਆਂ ਤੋਂ ਬਿਨਾਂ ਕੋਈ ਵੀ ਫੰਕਸ਼ਨ, ਕੋਈ ਵੀ ਵਿਆਹ ਅਧੂਰਾ ਹੈ, ਅਤੇ ਲੱਡੂ ਮਿਠਿਆਈਆਂ ਦਾ ਰਾਜਾ ਮੰਨਿਆ ਜਾਂਦਾ। ਇਸੇ ਕਰਕੇ ਬੱਬਰ ਸਿੰਘ ਹੋਣਾ ਨੇ ਆਪਣੇ ਬਿਜ਼ਨਸ ਦਾ ਨਾਂ ਹੀ ਲੱਡੂ ਫੈਕਟਰੀ ਰੱਖ ਦਿੱਤਾ। ਲੱਡੂ ਤਾਂ ਮਿਲਦੇ ਹੀ ਹੈ ਅਤੇ ਹੋਰ ਬਹੁਤ ਕੁਝ ਮਿਲਦਾ, ਅਤੇ ਅੱਜ ਜਲੇਬੀਆਂ ਬਣਾਉਂਦੇ ਬਣਾਉਂਦੇ ਅਸੀਂ ਬੱਬਰ ਸਿੰਘ ਹੋਣਾ ਨੂੰ ਜਿਹੜਾ ਉੱਤੇ ਜਾ ਕੇ ਘੇਰ ਲਿਆ, ਅਤੇ ਉਹਨਾਂ ਨੂੰ ਕਿਹਾ ਬਾਅਦ 'ਚ ਤੁਸੀਂ ਜਲੇਬੀਆਂ ਬਣਾ ਲਿਓ, ਪਹਿਲਾਂ ਸਾਡੇ ਨਾਲ ਗੱਲਬਾਤ ਕਰੋ। ਆਓ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਬੱਬਰ ਸਿੰਘ ਟੰਬਰ ਹੋਣਾ ਦਾ। ਬੱਬਰ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ, ਕੀ ਹਾਲ ਚਾਲ? ਬਿਲਕੁਲ ਠੀਕ ਹੈ। ਜਲੇਬੀਆਂ ਦਾ ਮੌਸਮ, ਹਰ ਮੌਸਮ ਜਲੇਬੀਆਂ ਦਾ ਹੀ ਹੁੰਦਾ, ਤੇ ਅੱਜ ਤਾਜ਼ੀਆਂ ਤਾਜ਼ੀਆਂ ਬਣ ਰਹੀਆਂ ਸੀ ਜਲੇਬੀਆਂ। ਤਾਂ ਜੀ ਦਿਨ ਰਾਤ ਸੱਤੇ ਦਿਨ ਬੀਕਦੀਆਂ ਚੱਲਦੀਆਂ ਜਲੇਬੀਆਂ ਜੀ, ਬਿਲਕੁਲ ਚੱਲਦੀਆਂ ਰਹਿੰਦੀਆਂ। ਇਹਦਾ ਕੋਈ ਸੀਜ਼ਨ ਨਹੀਂ, ਇਹ ਹਰ ਸੀਜ਼ਨ ਦੇ ਵਿੱਚ, ਹਰ ਠੰਡ 'ਚ ਵੀ ਤਾਂ ਗਰਮੀਆਂ 'ਚ ਵੀ, ਇਹ ਬਰਾਬਰ ਚੱਲਦੀਆਂ ਜੀ। ਖਾਸ ਕਰਕੇ ਮੇਲਿਆਂ ਦੇ ਵਿੱਚ ਤਾਂ ਨਗਰ ਕੀਰਤਨ ਤਾਂ ਬਾਲੀਆਂ ਪਸੰਦ ਕਰਦੇ ਆ ਜੀ। ਅੱਛਾ, ਜਦੋਂ ਜਲੇਬੀਆਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ ਕਹਿੰਦੇ ਹਾਂ ਕੋਈ ਕ੍ਰਿਸਪੀ ਪਸੰਦ ਕਰਦਾ, ਕੋਈ ਕਿਸ ਤਰ੍ਹਾਂ ਦੀ ਪਸੰਦ ਕਰਦਾ, ਕੋਈ ਮੋਟੀ ਪਸੰਦ ਕਰਦਾ, ਕੋਈ ਪਤਲੀ ਪਸੰਦ ਕਰਦਾ, ਹਰ ਕਿਸੇ ਦੀ ਆਪਣੀ ਪਸੰਦ ਹੈਗੀ ਹੈ, ਪਰ ਜਲੇਬੀ ਖਾਣਾ ਹਰ ਕੋਈ ਪਸੰਦ ਕਰਦਾ। ਪਰ ਜਦੋਂ ਅਸੀਂ ਵੱਖ ਵੱਖ ਸਟੋਰਾਂ 'ਤੇ ਜਾਂਦੇ ਹਾਂ, ਅਤੇ ਖਾਸ ਕਰਕੇ ਜੇ ਲੱਡੂ ਫੈਕਟਰੀ ਦੀਆਂ ਜਲੇਬੀਆਂ ਦੀ ਗੱਲ ਕਰ ਲਈਏ, ਖਾਸ ਗੱਲ ਕੀ ਹੈ? ਜਲੇਬੀ ਤਾਂ ਜਲੇਬੀ ਆ, ਪਰ ਇਹ ਵੀ ਜਦੋਂ ਬਣਾਉਣ ਦੇ ਉੱਤੇ ਹੀ ਆ, ਕੌਣ ਕਿੱਦਾਂ ਬਣਾਉਂਦਾ, ਹੱਥ ਸਾਰਿਆਂ ਦੇ ਆ। ਹੁਣ 100 ਹੀ ਦੁਕਾਨਾਂ ਬਣਾਉਂਦੀਆਂ, ਬਸ ਜਿਹਦੀ ਸਵਾਦ ਆ ਫਿਰ ਬੰਦੇ ਉੱਥੇ ਤਾਂ ਆਉਂਦੇ ਹੀ ਆ, ਸਹੀ ਜਲੇਬੀ ਦਾ ਸਵਾਦ ਹੀ ਆ ਇੱਕ ਜੀ ਜੀ। ਜੇ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਵੀ ਅੰਦਰ ਗਏ ਸੀ, ਤਾਂ ਸਭ ਤੋਂ ਪਹਿਲਾਂ ਤੁਹਾਡੇ ਮੂੰਹ ਇਹੀ ਨਿਕਲਿਆ ਸੀ ਕਿ ਜਲੇਬੀ ਤਾਂ ਹਰ ਕੋਈ ਖਾਂਦਾ, ਇਹ ਖਾ ਕੇ ਦੇਖੋ, ਕਿਉਂਕਿ ਇਹ ਸਵਾਦ ਹੀ ਅਲੱਗ ਹੈ, ਕਿਉਂਕਿ ਇੱਕ ਪਾਸੇ ਗੁਰਬਾਣੀ ਚੱਲ ਰਹੀ ਹੈ, ਇੱਕ ਪਾਸੇ ਬੜੇ ਪਿਆਰ ਦੇ ਨਾਲ ਜਲੇਬੀਆਂ ਬਣਾਈਆਂ ਜਾ ਰਹੀਆਂ ਹੈਗੀਆਂ ਨੇ। ਸੋ ਉਹ ਪਿਆਰ ਵਾਲੀ ਜਿਹੜੀ ਭਾਜੀ ਜਾਂ ਮਠਿਆਈ ਜਦੋਂ ਤੁਸੀਂ ਖਾਂਦੇ ਆ, ਤਾਂ ਉਹਦਾ ਸਵਾਦ ਹੋਰ ਦੁੱਗਣਾ ਹੋ ਜਾਂਦਾ। ਬਿਲਕੁਲ ਜੀ, ਪਿਆਰ ਸਵਾਦ ਹੀ ਪਿਆਰ ਦਾ, ਤੇ ਪਿਆਰ ਦੇ ਨਾਲ ਬਣਾਈ ਚੀਜ਼ ਜਿਹੜੀ ਆ, ਉਹ ਤੁਸੀਂ ਤਾਂ ਖਾ ਕੇ ਦੇਖ ਹੀ ਲਈਆਂ, ਆਪੇ ਖਾ ਲਈਆਂ ਤੁਸੀਂ ਵੀ ਕਿੱਦਾਂ ਜਲੇਬੀ ਕਿੱਦਾਂ ਦੀ ਲੱਗੀ ਆ, ਸਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ, ਤੁਹਾਨੂੰ ਪਤਾ ਹੀ ਆ ਜੀ। ਤੇ ਬਸ ਇੱਦਾਂ ਹੀ ਆ ਜੀ, ਪਿਆਰ ਨਾਲ ਬਣਾਈ ਦੀ ਚੀਜ਼ ਆ, ਤੇ ਵਧੀਆ ਬਣਾਈ ਦੀ ਆ। ਅੱਛਾ ਬੱਬਰ ਸਿੰਘ ਜੀ, ਜਦੋਂ ਅੱਜ ਕੱਲ੍ਹ ਜਦੋਂ ਅਸੀਂ ਸਰੀ ਦੀ ਗੱਲ ਕਰਦੇ ਹਾਂ, ਤਾਂ ਤੁਸੀਂ 92 ਦੇ ਸਕਾਟ ਰੋਡ 'ਤੇ ਹੈਗੇ ਆ, ਅਤੇ ਇੱਥੇ ਵੀ ਕੰਪੀਟੀਸ਼ਨ ਹੋਰ ਵੱਧ ਗਿਆ, ਲੋਕ ਹੋਰ ਮਿਠਿਆਈ ਦੀਆਂ ਦੁਕਾਨਾਂ ਹੈਗੀਆਂ, ਤੁਹਾਡੇ ਪਲਾਜ਼ੇ ਦੇ ਵਿੱਚ ਵੀ ਹੋਰ ਮਿਠਿਆਈ ਦੀਆਂ ਦੁਕਾਨਾਂ ਹੈਗੀਆਂ ਨੇ, ਉਹ ਚੀਜ਼ ਉਹ ਰਿਸਪੋਂਸੀਬਿਲਟੀ ਦਾ ਸਿਰ 'ਤੇ ਹੈ ਹੀ, ਪਰ ਜਦੋਂ ਕਸਟਮਰ ਤੁਹਾਡੇ ਕੋਲ ਆ ਕੇ ਕਹਿੰਦਾ ਕਿ ਅਸੀਂ ਸਾਰੇ ਕਿਤੇ ਜਲੇਬੀਆਂ ਖਾ ਕੇ ਆ ਗਏ ਹਾਂ, ਮਿਠਿਆਈਆਂ ਖਾ ਕੇ ਆ ਗਏ ਹਾਂ, ਪਰ ਹੁਣ ਅਸੀਂ ਲਗਾਤਾਰ ਤੁਹਾਡੇ ਤੋਂ ਮਿਠਿਆਈ ਲੈਣ ਲੱਗ ਗਏ ਹਾਂ, ਉਦੋਂ ਖੁਦ ਨੂੰ ਕਿਵੇਂ ਫੀਲ ਹੁੰਦਾ? ਫੀਲ ਤਾਂ ਫਿਰ ਚੰਗਾ ਲੱਗਦਾ, ਕਈ ਵਾਰ ਤਾਂ ਅਸੀਂ ਆਪ ਵੀ ਸੋਚੀਦਾ ਵੀ ਵਾਕਈ ਅਸੀਂ ਯਾਰ ਕੁਛ ਹੈਗੇ ਹਾਂ, ਬਣਾਉਂਦੇ ਹਾਂ ਕੁਛ ਅਸੀਂ, ਅਤੇ ਭਾਜੀ ਦਾ ਬਹੁਤ ਵਾਰੀ ਆਉਂਦਾ ਅਤੇ ਕਸਟਮਰ ਆਉਂਦਾ ਕਹਿੰਦੇ ਜੀ ਅਸੀਂ ਬਹੁਤ ਥਾਵਾਂ 'ਤੇ ਦੇਖਿਆ, ਪਰ ਜੋ ਤੁਹਾਡਾ ਸਵਾਦ ਆ ਉਹ ਨਹੀਂ ਲੱਭਾ ਸਾਨੂੰ ਸਵਾਦ ਕਿਤੇ। ਅਸੀਂ ਜਦੋਂ ਕੋਈ ਕਸਟਮਰ ਆਉਂਦਾ, ਕੋਈ ਫੋਨ ਵੀ ਆਉਂਦਾ ਨਾ, ਅਤੇ ਉਹ ਕਹਿੰਦੇ ਜੀ ਅਸੀਂ ਭਾਜੀ ਔਡਰ ਕਰਨੀ ਆ, ਅਸੀਂ ਉਹਨਾਂ ਨੂੰ ਕਹੀਦਾ ਪਹਿਲਾਂ ਭਾਜੀ ਔਡਰ ਕਰਨ ਤੋਂ ਤੁਸੀਂ ਸਾਡੇ ਕੋਲ ਆਓ, ਖਾਓ, ਅਸੀਂ ਤੁਹਾਨੂੰ ਚਾਹ ਦੇ ਨਾਲ ਖਵਾਵਾਂਗੇ, ਵਿਆਹਾਂ ਦੇ ਚਾਹ ਦੇ ਨਾਲ ਭਾਜੀ ਖਾਂਦੇ ਆ, ਭਾਜੀ ਖਾਓ, ਸਵਾਦ ਦੇਖੋ ਪਹਿਲਾਂ ਫਿਰ ਦੱਸੋ, ਲੱਡੂ ਖਾਓ ਸਵਾਦ ਦੇਖੋ ਫਿਰ ਤੁਸੀਂ ਬਾਏ ਕਰੋ। ਹਰ ਇੱਕ ਕਸਟਮਰ ਨੂੰ ਸਾਡੀ ਇਹੀ ਰਿਕੁਐਸਟ ਹੁੰਦੀ ਆ ਜਦੋਂ ਫੋਨ ਆਉਂਦਾ, ਫਿਰ ਆ ਕੇ ਖਾਂਦੇ ਆ, ਕਹਿੰਦੇ ਵਾਕਈ ਠੀਕ ਹੈ। ਹਾਂਜੀ ਜੀ, ਜਦੋਂ ਭਾਜੀ ਤੇ ਨਿਸ਼ਾਨੀ, ਇਹ ਤਾਂ ਹਰ ਕੋਈ ਜਿਹੜਾ ਆਪਣੇ ਵਿਆਹ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਵੰਡਦੇ ਹੈਗੇ ਨੇ। ਹੁਣ ਸੀਜ਼ਨ ਜਿਹੜਾ ਉਹ ਥੋੜ੍ਹਾ ਬਦਲ ਰਿਹਾ, ਵਿਆਹ ਥੋੜ੍ਹੇ ਜਿਹੇ ਖਤਮ ਹੋਣ ਲੱਗ ਗਿਆ, ਕਿਉਂਕਿ ਸੀਜ਼ਨ ਠੰਡ ਦਾ ਹੋਣ ਲੱਗਿਆ, ਅਤੇ ਉਸ ਟਾਈਮ ਦੇ ਉੱਤੇ ਤੁਹਾਡੀਆਂ ਜਿਹੜੀਆਂ ਪਿੰਨੀਆਂ ਨੇ, ਪੰਜੀਰੀ ਹੈ, ਉਹ ਬੜੀ ਫੇਮਸ ਹੋ ਜਾਂਦੀ ਹੈ। ਨਹੀਂ ਬਿਲਕੁਲ ਠੀਕ ਹੈ, ਪਿੰਨੀਆਂ ਦੇ ਵਿੱਚ ਸਾਡੇ ਕੋਲ ਆਲਮੋਸਟ, ਮੈਂ ਇੱਕ ਦਿਨ ਗਿੰਦਾ ਸੀਗਾ ਤਾਂ ਅਸੀਂ 12-14 ਤਰ੍ਹਾਂ ਦੇ ਇੰਗਰੀਡੀਅੰਟਸ ਇਹਦੇ ਵਿੱਚ ਪਾਉਂਦੇ ਹਾਂ। ਓਕੇ, ਤੇ ਸ਼ੂਗਰ ਬਿਲਕੁਲ ਜ਼ੀਰੋ ਸ਼ੂਗਰ ਪਾਉਂਦੇ ਹਾਂ ਅਸੀਂ ਇਹਦੇ ਵਿੱਚ, ਤੇ ਬਣਾਈ ਦੀਆਂ ਅਸੀਂ, ਤੇ ਲੋਕੀ ਪਸੰਦ ਕਰਦੇ ਆ ਬਹੁਤ। ਆ ਹੁਣੇ ਹੀ ਮੈਂ ਆਲਮੋਸਟ 100 ਪਾਉਂਡ ਦੇ ਕੇ ਹਟਿਆ। ਵਾਓ,
ਤੇ ਉਹ ਜਿਹੜੇ ਖਾਂਦੇ ਆ ਉਹ ਫਿਰ ਸਿਆਲ ਆਉਂਦੇ ਆ ਸਾਰੇ ਫਿਰ ਕਹਿਣ ਲੱਗ ਪੈਂਦੇ ਆ ਵੀ ਸਾਨੂੰ ਪਿੰਨੀਆਂ ਬਣਾ ਦਿਓ ਜੀ ਤੇ ਬਣਾਈ ਦੀਆਂ ਅੱਜ ਕੱਲ੍ਹ ਲੋਕ ਹੈਲਥ ਕੌਨਸ਼ੀਅਸ ਹੋ ਗਏ ਆ ਕਹਿੰਦੇ ਕਿ ਸ਼ੂਗਰ ਨਹੀਂ ਖਾਣੀ ਕੋਈ ਕਹਿੰਦਾ ਹੋਣਾ ਸ਼ੱਕਰ ਪਾ ਦਿਓ ਕੋਈ ਕਹਿੰਦਾ ਹੋਣਾ ਬਰਾਊਨ ਸ਼ੂਗਰ ਪਾ ਦਿਓ ਕੋਈ ਕਹਿੰਦਾ ਹੋਣਾ ਕਿ ਬਹੁਤ ਘੱਟ ਸ਼ੂਗਰ ਪਾਇਓ ਕਿਉਂਕਿ ਕਈ ਹੁੰਦਾ ਕਿ ਸਾਨੂੰ ਨਹੀਂ ਸ਼ੱਕਰ ਵਾਲੇ ਪਸੰਦ ਵਾਲੇ ਸ਼ੂਗਰ ਵਾਲੇ ਵੀ ਪਸੰਦ ਹੈ ਮਿਠਾਈ ਪਰ ਸ਼ੂਗਰ ਘੱਟ ਪਾ ਦਿਓ ਫਿਰ ਕਈ ਜਿਵੇਂ ਖਜੂਰਾਂ ਦੀ ਗੱਲ ਆ ਜਾਂਦੀ ਆ ਉਹਦੀਆਂ ਪਿੰਨੀਆਂ ਹੋ ਜਾਂਦੀਆਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਡਿਮਾਂਡਸ ਲੋਕਾਂ ਦੀਆਂ ਹੁੰਦੀਆਂ ਨੇ ਤੇ ਉਹ ਡਿਮਾਂਡ ਸਾਰੀਆਂ ਫੁਲਫਿਲ ਹੋ ਜਾਂਦੀਆਂ ਨੇ ਜਿਵੇਂ ਲੋਕ ਮਠਿਆਈ ਚਾਹੁੰਦੇ ਆ ਉਵੇਂ ਦੀ ਬਣਾ ਕੇ ਦਿੱਤੀ ਜਾਂਦੀ ਹੈ ਬਿਲਕੁਲ ਬਿਲਕੁਲ ਜਿੱਦਾਂ ਜੇ ਕੋਈ ਖਾਸ ਕੋਈ ਵੀ ਕਸਟਮਰ ਕਹਿੰਦਾ ਵੀ ਸਾਨੂੰ ਆਹ ਚੀਜ਼ ਨਹੀਂ ਚਾਹੀਦੀ ਵਿੱਚ ਤਾਂ ਅਸੀਂ ਬਿਲਕੁਲ ਨਹੀਂ ਪਾਈਦੀ ਤੇ ਜਿੱਦਾਂ ਹੁਣ ਪਿੰਨੀਆਂ ਹੈਗੀਆਂ ਪਿੰਨੀਆਂ ਦੇ ਵਿੱਚ ਅਸੀਂ ਕੋਈ ਸ਼ੂਗਰ ਨਹੀਂ ਕੋਈ ਸ਼ੱਕਰ ਨਹੀਂ ਕੋਈ ਗੁੜ ਨਹੀਂ ਇਹਦੇ ਵਿੱਚ ਟੋਟਲ ਖਜੂਰਾਂ ਹੁੰਦੀਆਂ ਓਕੇ ਤੇ ਖਜੂਰ ਜਿਹੜੀ ਆ ਉਹ ਉੱਦਾਂ ਵੀ ਨੈਚੁਰਲ ਆ ਸਿਹਤ ਲਈ ਚੰਗੀ ਆ ਤੇ ਸ਼ੂਗਰ ਵੀ ਇਹਦੀ ਨੈਚੁਰਲ ਹੈਗੀ ਆ ਤੇ ਮੂੰਹ ਨੂੰ ਲੱਗਦੀ ਵੀ ਨਹੀਂ ਹੈਗੀ ਵੀ ਤਾਂ ਅਸੀਂ ਸ਼ੂਗਰ ਖਾ ਰਹੇ ਹਾਂ ਬਿਲਕੁਲ ਤੁਹਾਨੂੰ ਸਵਾਦ ਡਿਫਰੈਂਟ ਤਰ੍ਹਾਂ ਦਾ ਮਿਲਦਾ ਹੈ ਜੀ ਬਿਲਕੁਲ ਕਿਉਂਕਿ ਜਦੋਂ ਡਾਕਟਰਸ ਦੇ ਨਾਲ ਗੱਲ ਕਰਦੇ ਆ ਤਾਂ ਹੋਮੋਪੈਥ ਦੇ ਨਾਲ ਗੱਲ ਕਰਦੇ ਆ ਉਹ ਵੀ ਕਹਿੰਦੇ ਆ ਕਿ ਖਜੂਰਾਂ ਖਾਣੀਆਂ ਚਾਹੀਦੀਆਂ ਨੇ ਚਾਹੇ ਉਹ ਛੋਟਾ ਬੱਚਾ ਚਾਹੇ ਉਹ ਵੱਡਾ ਕੋਈ ਵੀ ਸੀਜ਼ਨ ਹੈ ਗਰਮੀ ਆ ਸਰਦੀ ਆ ਗਰਮੀਆਂ ਥੋੜਾ ਘੱਟ ਕਰ ਦਿਓ ਸਰਦੀਆਂ ਥੋੜੀਆਂ ਵੱਧ ਕਰ ਦਿਓ ਪਰ ਖਜੂਰਾਂ ਖਾਣੀਆਂ ਚਾਹੀਦੀਆਂ ਨੇ ਪਰ ਮਠਿਆਈਆਂ ਦੀ ਸਾਡੀ ਕਮਿਊਨਿਟੀ ਦੇ ਵਿੱਚ ਅਲੱਗ ਹੀ ਇੱਕ ਸਥਾਨ ਹੈਗਾ ਕਿਉਂਕਿ ਹਰ ਚੀਜ਼ ਜਦੋਂ ਕੋਈ ਘਰ 'ਚ ਆਇਆ ਵੀ ਹੁੰਦਾ ਨਾ ਕੋਈ ਡਿਨਰ 'ਤੇ ਆਇਆ ਕੋਈ ਲੰਚ 'ਤੇ ਆਇਆ ਉਦੋਂ ਵੀ ਮਠਿਆਈ ਜ਼ਰੂਰੀ ਆ ਮਿਠਿਆਈ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਕੀ ਕੁਝ ਮਿਲਦਾ ਕਿਉਂਕਿ ਕਈ ਵਾਰੀ ਲੱਡੂ ਫੈਕਟਰੀ ਦੇ ਨਾਂ ਤੋਂ ਦਿਮਾਗ 'ਚ ਇਹੀ ਰਹਿ ਜਾਂਦਾ ਸ਼ਾਇਦ ਲੱਡੂ ਹੀ ਮਿਲਦੇ ਹੋਣੇ ਆ ਲੱਡੂ ਵੀ ਅਲੱਗ ਅਲੱਗ ਤਰ੍ਹਾਂ ਦੇ ਮਿਲਦੇ ਆ ਪਰ ਮਿਠਿਆਈਆਂ ਵੀ ਹੈਗੀਆਂ ਬਿਲਕੁਲ ਜੀ ਮਠਿਆਈਆਂ ਹੈਗੀਆਂ ਤੁਸੀਂ ਉੱਦਾਂ ਵੀ ਜਦੋਂ ਖਾਣਾ ਖਾਂਦੇ ਕਿਸੇ ਰੈਸਟੋਰੈਂਟ 'ਤੇ ਵੀ ਖਾਣਾ ਖਾਂਦੇ ਆ ਤਾਂ ਤੁਸੀਂ ਜ਼ਰੂਰ ਕਹਿੰਦੇ ਆ ਜਾਂ ਗਜਰੇਲਾ ਲਿਆ ਕੇ ਦਿਓ ਅਤੇ ਜਾਂ ਗਰਮ ਗੁਲਾਬ ਜਾਮਣਾ ਲਿਆ ਕੇ ਦਿਓ ਅਤੇ ਮਿੱਠਾ ਤਾਂ ਖਾਣਾ ਹੀ ਹੁੰਦਾ ਆ ਫਿਰ ਉਦੋਂ ਬਾਅਦ ਪਰ ਅਸੀਂ ਹੁਣ ਸਾਰਾ ਕੁਛ ਬਣਾਉਂਦੇ ਹਾਂ ਬਰਫੀ ਬਣਾਉਂਦੇ ਬੇਸਣ ਗੁਲਾਬ ਜਾਮਣ ਰਸਗੁੱਲੇ ਲੱਡੂ ਸਾਰਾ ਕੁਛ ਬਣਾਉਂਦੇ ਹਾਂ ਜੀ ਅਸੀਂ ਇੱਥੇ ਜੀ ਜੀ ਸੋ ਉਹ ਸਾਰੀਆਂ ਮਠਿਆਈਆਂ ਜਦੋਂ ਬਣਦੀਆਂ ਨੇ ਤੇ ਤੁਹਾਡੀ ਖਾਸ ਗੱਲ ਇਹ ਹੁੰਦੀ ਹੈ ਕਿ ਦੁੱਧ ਤੋਂ ਮਠਿਆਈ ਬਣਦੀ ਹੈ ਬਿਲਕੁਲ ਪਿਓਰ ਸਾਡਾ ਖੋਆ ਹੁੰਦਾ ਜੀ ਉਹ ਪਿਓਰ ਖੋਏ ਦੀਆਂ ਬਣਾਈ ਦੀਆਂ ਸਾਡੇ ਕੋਈ ਬਣਿਆ ਖੋਆ ਨਹੀਂ ਆਉਂਦੀ ਅਸੀਂ ਆਪ ਖੋਆ ਕੱਢ ਕੇ ਬਣਾਉਂਦੇ ਹਾਂ ਜੀ ਸੋ ਦੁੱਧ ਤੋਂ ਬਣੀਆਂ ਮਠਿਆਈਆਂ ਜਿਹੜੀਆਂ ਨੇ ਉਹ ਖਾਣ ਨੂੰ ਮਿਲਦੀਆਂ ਤੇ ਇਹ ਆ ਕਿ ਕਈ ਵਾਰ ਹੁੰਦਾ ਕਿ ਵਿਪਿੰਗ ਕਰੀਮ ਦਾ ਟੇਸਟ ਆਉਂਦਾ ਜਾਂ ਡਿਫਰੈਂਟ ਟੇਸਟ ਆਉਂਦਾ ਇੱਥੇ ਆ ਕਿ ਉਹ ਪੰਜਾਬ ਦੀ ਮਠਿਆਈ ਯਾਦ ਆ ਜਾਂਦੀ ਹੈ ਕਿਉਂਕਿ ਨਾ ਅਸੀਂ ਹਮੇਸ਼ਾ ਯਾਦ ਕਰਦੇ ਹਾਂ ਕਿ ਨਹੀਂ ਉਹ ਬਰਫੀ ਤਾਂ ਪੰਜਾਬ 'ਚ ਜਾ ਕੇ ਪਸੰਦ ਆਉਂਦੀ ਆ ਉੱਥੇ ਹੀ ਜਾ ਕੇ ਮਿਠਿਆਈ ਪਸੰਦ ਆਉਂਦੀ ਆ ਤਾਂ ਮੈਨੂੰ ਲੱਗਦਾ ਹੁਣ ਜਦੋਂ ਪੰਜਾਬ ਜਾਂਦੇ ਹਾਂ ਤਾਂ ਇੱਥੋਂ ਦੀਆਂ ਮਠਿਆਈਆਂ ਯਾਦ ਆਉਂਦੀਆਂ ਵੀ ਨਹੀਂ ਇੱਥੋਂ ਦੀਆਂ ਖਰੀਆਂ ਮਠਿਆਈਆਂ ਨੇ ਬਿਲਕੁਲ ਜੀ ਦੇਖੋ ਜਿਹੜੀ ਚੀਜ਼ ਵਧੀਆ ਬਣੀ ਆ ਸਵਾਦ ਆ ਉਹਦਾ ਤਾਂ ਫਿਰ ਉਹੀ ਸਵਾਦ ਹੋਣਾ ਜਿਹੜਾ ਮਠਿਆਈ ਦਾ ਹੁੰਦਾ ਆ ਕਿਸੇ ਵੀ ਚੀਜ਼ ਦਾ ਉਹ ਸਵਾਦ ਆਉਣਾ ਹੀ ਆਉਣਾ ਉਹ ਜਿਹੜੀ ਪਿਓਰ ਬਣੀ ਹੈਗੀ ਆ ਤਾਂ ਪਿਓਰ ਦਾ ਤਾਂ ਫਿਰ ਅਸੀਂ ਬਣਾਉਂਦੇ ਪਿਓਰ ਆ ਸਾਡੇ ਕੋਈ ਕੰਪਰੋਮਾਈਜ਼ ਹੈ ਹੀ ਨਹੀਂ ਵੀ ਅਸੀਂ ਡੁਪਲੀਕੇਟ ਚੀਜ਼ ਪਾਈਏ ਕੋਈ ਵਿੱਚ ਤਾਜ਼ੀ ਮਠਿਆਈ ਬਣਾ ਕੇ ਦਿੱਤੀ ਜਾਂਦੀ ਹੈ ਜਦੋਂ ਵੀ ਆਰਡਰ ਆਉਂਦਾ ਬਿਲਕੁਲ ਤਾਜ਼ੀ ਮਠਿਆਈ ਦਿੰਦੇ ਅਸੀਂ ਤਾਂ ਸਾਰਿਆਂ ਨੂੰ ਇਹ ਕਹਿੰਦੇ ਸਾਨੂੰ ਪਹਿਲਾਂ ਦੱਸ ਦਿਓ ਅਸੀਂ ਤੁਹਾਨੂੰ ਜੇ ਬੇਸਣ ਚਾਹੀਦਾ ਕਿੰਨਾ ਵੀ ਚਾਹੀਦਾ ਤੁਹਾਨੂੰ ਤੁਹਾਡੇ ਲਈ ਬਣਾ ਕੇ ਦੇਵਾਂਗੇ ਲੱਡੂ ਦੇਵਾਂਗੇ ਤੁਹਾਨੂੰ ਹੀ ਬਣਾ ਕੇ ਦੇਵਾਂਗੇ ਅਸੀਂ ਹੁਣ ਅੱਜ 50 ਪਾਉਂਡ ਲੱਡੂ ਜਾਣੇ ਆ ਕੱਲ ਨੂੰ ਉਹ ਅੱਜ ਬਣਾਉਣੇ ਆ ਫਿਰ ਕੱਲ ਨੂੰ ਜਾਣੇ ਆ ਇੰਨਾ ਅੱਜ ਤੱਕ ਕਸਟਮਰ ਦਾ ਧਿਆਨ ਰੱਖੀਦਾ ਵੀ ਤਾਜ਼ੀ ਚੀਜ਼ ਦਿਓ ਅੱਛਾ ਲੋਅਰ ਮੇਨਲੈਂਡ ਦੇ ਵਿੱਚ ਸਰਵਿਸ ਦਿੱਤੀ ਜਾਂਦੀ ਹੈ ਪਰ ਜੇ ਕੋਈ ਦੂਰ ਰਹਿ ਰਿਹਾ ਹੈਗਾ ਮੰਨ ਲਓ ਦੂਜੀ ਸਾਈਡ ਦੇ ਉੱਤੇ ਰਹਿ ਰਿਹਾ ਜਾਂ ਜਾਂ ਕੋਈ ਅਲਬਰਟਾ ਵਾਲੀ ਸਾਈਡ ਤੇ ਰਹਿ ਰਿਹਾ ਉਹ ਆਰਡਰ ਕਰ ਸਕਦੇ ਪਰ ਕਰ ਤਾਂ ਸਕਦੇ ਅਸੀਂ ਡਿਟਰੋਇਟ ਨੂੰ ਭੇਜੀ ਸੀ ਭਾਜੀ ਅੱਛਾ ਪਰ ਉਹਦੇ ਕੋਰੀਅਰ ਥੋੜ੍ਹਾ ਜਿਹਾ ਵੱਧ ਜਾਂਦਾ ਜਦੋਂ ਤੁਸੀਂ ਪਲੇਨ ਦੇ ਥਰੂ ਭੇਜਦੇ ਆ ਤਾਂ ਜੇ ਤੁਸੀਂ ਡਰਾਈਵ ਥਰੂ ਭੇਜਦੇ ਹੋ ਥੋੜ੍ਹਾ ਜਿਹਾ ਟਾਈਮ ਲੱਗਦਾ ਪਰ ਭੇਜ ਅਸੀਂ ਦੇਈਦਾ ਜਿੱਥੇ ਵੀ ਕੋਈ ਚਾਵੇ ਜੀ ਤੇ ਜਦੋਂ ਹੁਣ ਅੱਜ ਕੱਲ ਤਾਂ ਇਸ ਤਰ੍ਹਾਂ ਦੇ ਨਾਲ ਫਾਸਟ ਹੋ ਗਿਆ ਸੀਜ਼ਨ ਕਿ ਜਦੋਂ ਵੀ ਕੋਈ ਵਿਆਹ ਆਉਂਦੇ ਆ ਤੇ ਉਦੋਂ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ ਆ ਤੇ ਪਹਿਲਾਂ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਆ ਸੋ ਜੇ ਕੋਈ ਵਿਆਹ ਦੀ ਭਾਜੀ ਆਰਡਰ ਕਰਨੀ ਚਾਹੁੰਦਾ ਤਾਂ ਕਿੰਨੇ ਟਾਈਮ ਪਹਿਲਾਂ ਤੁਹਾਨੂੰ ਫੋਨ ਕੀਤਾ ਜਾ ਸਕਦਾ ਸਾਨੂੰ ਅੱਜ ਤੋਂ 2 ਮਹੀਨੇ ਪਹਿਲਾਂ 2024 ਦੇ ਜਿਹੜੇ ਆ ਆਰਡਰ ਸਾਡੇ ਕੋਲ ਆਏ ਹੋਏ ਆ ਓਕੇ ਇਹ ਇਹਦਾ ਹੁੰਦਾ ਵੀ ਜਿੱਦਾਂ ਕੋਈ ਵੀ ਆਪਣੇ ਵਿਆਹ ਬੁੱਕ ਕਰਾਉਂਦਾ ਹੈਗਾ ਗੁਰਦੁਆਰਾ ਸਾਹਿਬ ਬੁੱਕ ਕਰਾਉਂਦਾ ਹਾਲ ਬੁੱਕ ਕਰਾਉਂਦੇ ਆ ਉਹ ਨਾਲ ਹੀ ਫਿਰ ਉਹ ਭਾਜੀ ਦਾ ਵੀ ਆਰਡਰ ਬੁੱਕ ਕਰ ਦਿੰਦੇ ਆ ਕਿਉਂਕਿ ਟਾਈਮ ਤੇ ਜਾ ਕੇ ਤੁਹਾਨੂੰ ਭਾਜੀ ਮਿਲਣੀ ਨਹੀਂ ਹੈਗੀ ਫਿਰ ਪੁਸ਼ ਕਰਦੇ ਆ ਕਸਟਮਰ ਫਿਰ ਸਾਡੇ ਲਈ ਵੀ ਹਾਰਡ ਹੋ ਜਾਂਦਾ ਮੈਂ ਤਾਂ ਸਾਰਿਆਂ ਨੂੰ ਬੇਨਤੀ ਇਹੀ ਕਰੂੰਗਾ ਵੀ ਤੁਸੀਂ ਜੇ ਹੁਣ ਤੁਸੀਂ ਵਿਆਹ ਰੱਖ ਲਿਆ ਜਦੋਂ ਰੱਖਦੇ ਆ ਉਦੋਂ ਹੀ ਭਾਜੀ ਦਾ ਵੀ ਆਪਣਾ ਆਰਡਰ ਦੇ ਦੇਵੋ ਤੇ ਉਹ ਸਾਡੇ ਲਈ ਵੀ ਚੰਗਾ ਤੇ ਫਿਰ ਕਸਟਮਰ ਲਈ ਵੀ ਚੰਗਾ ਜੀ ਬਿਲਕੁਲ ਕਿਉਂਕਿ ਇਹ ਹੈ ਕਿ ਦੇਰ ਜਿਹੜੀ ਆ ਉਹ ਕਈ ਵਾਰੀ ਹੁੰਦਾ ਕਿ ਉਹ ਗੱਲ ਨਹੀਂ ਬਣਦੀ ਦੇਰ ਦੇ ਨਾਲ ਕਈ ਵਾਰੀ ਆਰਡਰ ਪਲੇਸ ਵੀ ਨਹੀਂ ਹੁੰਦਾ ਤੁਸੀਂ ਬਿਜ਼ੀ ਹੋਵੋ ਤੇ ਤੁਹਾਡੀ ਉਧਰੋਂ ਡੇਟ ਵਿਆਹ ਦੀ ਹੋਵੇ ਤੇ ਉਧਰ ਤੁਸੀਂ ਕਹੋ ਵੀ ਅਸੀਂ ਤਾਂ ਬਿਜ਼ੀ ਆ ਸਾਡੇ ਕੋਲ ਹੋਰ ਭਾਜੀ ਜਿਹੜੀ ਉਹ ਬਣਦੀ ਨਹੀਂ ਫਿਰ ਜਦੋਂ ਨੱਟ ਭੱਜ ਪੈ ਜਾਂਦੀ ਆ ਫਿਰ ਕਸਟਮਰ ਇਦਾਂ ਵੀ ਫਸ ਜਾਂਦਾ ਉੱਥੇ ਜਾ ਕੇ ਜਿੱਥੇ ਜਿਹੜਾ ਸਵਾਦ ਨਹੀਂ ਹੁੰਦਾ ਤਾਂ ਫਿਰ ਕੰਪਲੇਂਟ ਕਰਦੇ ਆ ਵੀ ਸਾਡਾ ਤਾਂ ਸਵਾਦ ਨਹੀਂ ਸੀ ਬਣਿਆ ਅਸੀਂ ਉਸੇ ਕਰਕੇ ਕਹਿੰਦੇ ਆ ਵੀ ਤੁਸੀਂ ਟਾਈਮ ਨਾਲ
ਸਾਨੂੰ ਦੱਸ ਦਿਓ ਜਦੋਂ ਬੁੱਕ ਕਰਾਇਆ ਵਿਆਹ ਗੁਰਦੁਆਰਾ ਸਾਹਿਬ ਕਰਾਇਆ ਹਾਲ ਕਰਾਇਆ ਉਦੋਂ ਹੀ ਸਾਨੂੰ ਦੱਸ ਦਿਓ ਵੀ ਅਸੀਂ ਲਿਖ ਲੈਣਾ ਨਾਲ ਹੀ ਤੇ ਉਸ ਟਾਈਮ ਉਹਨਾਂ ਦੀ ਜਿਹੜੀ ਆ ਰੈਡੀ ਹੋ ਜਾਣੀ ਜਦੋਂ ਉਹਨਾਂ ਨੇ ਦੱਸਿਆ ਸਾਨੂੰ ਜੀ ਬਿਲਕੁਲ ਤੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਕੈਨੇਡਾ ਦੇ ਵਿੱਚ ਅਫੀਸ਼ੀਅਲ ਤਿਉਹਾਰ ਸ਼ੁਰੂ ਹੋ ਗਿਆ ਥੈਂਕਸਗਿਵਿੰਗ ਤੋਂ ਲੈ ਕੇ ਪਰ ਸਾਡਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਦਾ ਤਿਉਹਾਰ ਹੁੰਦਾ ਤੇ ਦੀਵਾਲੀ ਵੇਲੇ ਅਸੀਂ ਆਪਣਿਆਂ ਨੂੰ ਮਠਿਆਈਆਂ ਵੰਡਣੀਆਂ ਵੀ ਹੁੰਦੀਆਂ ਘਰ 'ਚ ਵੀ ਲੈ ਕੇ ਆਉਣੀਆਂ ਹੁੰਦੀਆਂ ਨੇ ਤੇ ਹੋਰ ਬਹੁਤ ਕੁਝ ਹੁੰਦਾ ਦੀਵਾਲੀ ਤੇ ਕੀ ਸਪੈਸ਼ਲ ਹੋਣ ਵਾਲਾ ਜੀ ਲੱਡੂ ਦੀਵਾਲੀ ਤੇ ਮਠਿਆਈ ਸਾਰੀ ਫਰੈਸ਼ ਹੋਊਗੀ ਤੇ ਬਾਹਰ ਅਸੀਂ ਟੈਂਟ ਲਾਉਣਾ ਤੇ ਟੈਂਟ ਦੇ ਵਿੱਚ ਤਾਜ਼ੀਆਂ ਜਲੇਬੀਆਂ ਬਣਨੀਆਂ ਜੀ ਬਸ ਤਾਜ਼ੀਆਂ ਕਰਾਰੀਆਂ ਜਲੇਬੀਆਂ ਹੋਣਗੀਆਂ ਫਿਰ ਨਾਲੇ ਇੱਥੇ ਵੀ ਛਕਾਵਾਂਗੇ ਨਾਲੇ ਘਰ ਨੂੰ ਲੈ ਕੇ ਜਾਣਗੇ ਕਸਟਮਰ ਜੀ ਬਿਲਕੁਲ ਸੋ ਇਹ ਹੈ ਕਿ ਜਲੇਬੀਆਂ ਤਾਂ ਅੱਜ ਬਣ ਵੀ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲੇਬੀਆਂ ਦੀ ਡਿਮਾਂਡ ਹੋਰ ਵੀ ਵੱਧ ਜਾਣੀ ਹੈ ਤੇ ਦੀਵਾਲੀ ਨੂੰ ਸਪੈਸ਼ਲ ਜਿਹੜੀਆਂ ਚੀਜ਼ਾਂ ਨੇ ਉਹ ਮਿਲ ਜਾਣਗੀਆਂ ਤੇ ਸਾਡੇ ਸਾਂਝਾ ਟੀਵੀ ਵਾਲੇ ਵਿਊਅਰਸ ਪੁੱਛਦੇ ਹੁੰਦੇ ਆ ਕਿ ਜੇ ਅਸੀਂ ਜਾਵਾਂਗੇ ਤਾਂ ਸਾਨੂੰ 20 ਸਪੈਸ਼ਲ ਚੀਜ਼ਾਂ ਜਿਹੜੀਆਂ ਨੇ ਮਿਲ ਸਕਦੀਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਦਿਆਂਗੇ ਤੁਹਾਡੇ ਲਈ ਤਾਂ ਸਪੈਸ਼ਲ ਆ ਨਾ ਜੀ ਬਿਲਕੁਲ ਤੇ ਜਦੋਂ ਅਸੀਂ ਇਹਨਾਂ ਜਿਵੇਂ ਡੱਬਿਆਂ ਦੀ ਗੱਲ ਕਰਦੇ ਆ ਅਸੀਂ ਪਿੱਛੇ ਗੁੜ ਵੀ ਦੇਖ ਰਹੇ ਆ ਅਸੀਂ ਪਿੱਛੇ ਜਿਹੜੇ ਆ ਉਹ ਸੱਕਰ ਪਾਣੀ ਵੀ ਦੇਖ ਰਹੇ ਆ ਮਟਰੀਆਂ ਵੀ ਦੇਖ ਰਹੇ ਹੈਗੇ ਆ ਇਹ ਸਾਰੀਆਂ ਚੀਜ਼ਾਂ ਜੇ ਵਿਆਹਾਂ 'ਚ ਨਹੀਂ ਲੈਣੀਆਂ ਘਰ 'ਚ ਯੂਜ਼ ਕਰਨ ਨੂੰ ਲੈ ਕੇ ਜਾਣੀਆਂ ਤਾਂ ਵੀ ਆਰਡਰ ਕੀਤਾ ਜਾ ਸਕਦਾ ਨਹੀਂ ਸਾਡੇ ਕੋਲ ਭਾਜੀ ਜਿਹੜੀ ਆ 12 ਮਹੀਨੇ ਹੁੰਦੀ ਆ ਤੇ ਬਹੁਤ ਲੈ ਕੇ ਜਾਂਦੇ ਆ ਸਪੈਸ਼ਲ ਵੀ ਭਾਜੀ ਲੈ ਕੇ ਜਾਣੀ ਬਹੁਤ ਪਸੰਦ ਕਰਦੇ ਆ ਤੇ ਮਟਰੀ ਅਸੀਂ ਆਪ ਬਣਾਉਂਦੇ ਆ ਇੱਥੇ ਤਾਂ ਉਹ ਬਹੁਤ ਜ਼ਿਆਦਾ ਚੱਲਦੀ ਆ ਸਾਡੀ ਮਟਰੀ ਇੱਥੋਂ ਤੇ ਉਹ ਘਰ ਵਾਸਤੇ ਹੁੰਦੀ ਆ ਜਿਹੜੇ ਫੰਕਸ਼ਨਾਂ ਤੇ ਤਾਂ ਹੁੰਦਾ ਹੁੰਦਾ ਪਰ ਸਾਡਾ ਸਾਰਾ ਇਹ ਸਾਲ ਚੱਲਦਾ ਰਹਿੰਦਾ ਕੰਮ ਸਾਡਾ ਜੀ ਹਾਂਜੀ ਜੀ ਜੀ ਸੋ ਸਾਲ ਦੇ ਵਿੱਚ ਬਿਜ਼ੀ ਟਾਈਮ ਤੁਹਾਨੂੰ ਕਿਹੜਾ ਲੱਗਦਾ ਹੁੰਦਾ ਜ਼ਿਆਦਾ ਸਮਰ ਜ਼ਿਆਦਾ ਬਿਜ਼ੀ ਹੁੰਦੀ ਆ ਫਿਰ ਉਦੋਂ ਵਿਆਹ ਦਾ ਸੀਜ਼ਨ ਚੱਲਦਾ ਹੁੰਦਾ ਉਹ ਜ਼ਿਆਦਾ ਬਿਜ਼ੀ ਹੁੰਦਾ ਫਿਰ ਵਿੰਟਰ ਥੋੜ੍ਹਾ ਜਿਹਾ ਸਲੋ ਤਾਂ ਹੋ ਜਾਂਦਾ ਕਿਉਂਕਿ ਵਿਆਹ ਮੁੱਕ ਜਾਂਦੇ ਆ ਪਰ ਫਿਰ ਵੀ ਉਹ ਚੱਲਦਾ ਹੀ ਰਹਿੰਦਾ ਆਪਣਾ ਕਸਟਮਰ ਤਾਂ ਆਉਂਦੇ ਰਹਿੰਦੇ ਘਰ ਕੋਈ ਦਾ ਬੱਚੇ ਆ ਗਏ ਲੜਕੀ ਆ ਗਈ ਜਾਂ ਲੜਕਾ ਆ ਗਿਆ ਫਿਰ ਉਹਦੇ ਲਈ ਲੱਡੂ ਬਣਾਉਣੇ ਆ ਫਿਰ ਕਈਆਂ ਨੂੰ ਪਿੰਕ ਲੱਡੂ ਚਾਹੀਦੇ ਹੁੰਦੇ ਆ ਲੜਕੀ ਵਾਸਤੇ ਫਿਰ ਅਸੀਂ ਪਿੰਕ ਲੱਡੂ ਵੀ ਬਣਾਉਂਦੇ ਆ ਓਕੇ ਸੋ ਕਸਟਮ ਚੀਜ਼ਾਂ ਬਣਾਈਆਂ ਜਾ ਸਕਦੀਆਂ ਕਸਟਮ ਬਿਲਕੁਲ ਜੀ ਕਸਟਮ ਚੀਜ਼ਾਂ ਬਣਾਈਆਂ ਜਾਂਦੀਆਂ ਸਾਡੇ ਸਟicker ਤੇ ਬਾਹਰ ਲੱਗੇ ਹੋਏ ਆ ਪਿੰਕ ਲੱਡੂ ਜਿਹੜੇ ਲੱਗੇ ਹੋਏ ਆ ਹਾਂਜੀ ਤੇ ਅਸੀਂ ਉਹ ਆਰਡਰ ਤੇ ਬਿਲਕੁਲ ਜਿੱਦਾਂ ਵੀ ਕੋਈ ਕਹਿੰਦਾ ਅਸੀਂ ਉਦਾਂ ਬਣਾਉਂਦੇ ਆ ਜੀ ਮੈਂ ਸ਼ੁਰੂਆਤ ਦੇ ਵਿੱਚ ਆਪਣੇ ਜਦੋਂ ਗੱਲ ਕਰ ਰਹੀ ਸੀ ਗੱਲ ਕੀਤੀ ਸੀਗੀ ਕਿ ਬਹੁਤ ਸਾਰੀਆਂ ਜਿਹੜੀਆਂ ਨੇ ਮਠਿਆਈਆਂ ਦੇ ਸਟੋਰ ਸ਼ਾਪਸ ਜਿਹੜੀਆਂ ਨੇ ਖੁੱਲ੍ਹ ਗਈਆਂ ਨੇ ਰਿਸਪੋਂਸਿਬਿਲਟੀ ਤੇ ਕੰਪੀਟੀਸ਼ਨ ਕਿਵੇਂ ਡੀਲ ਕਰਦੇ ਆ ਕਿਵੇਂ ਟੈਕਲ ਕਰਦੇ ਨਹੀਂ ਇਹ ਦੁਕਾਨਾਂ ਤਾਂ ਬਹੁਤ ਖੁੱਲ੍ਹ ਗਈਆਂ ਪਰ ਜਿਹੜਾ ਟੇਸਟ ਆ ਨਾ ਉਹ ਤਾਂ ਤੁਹਾਨੂੰ ਮੇਨਟੇਨ ਕਰੋਗੇ ਤਾਂ ਤੁਸੀਂ ਅੱਗੇ ਲੰਘੋਗੇ ਨਹੀਂ ਤਾਂ ਫਿਰ ਬੰਦ ਕਰਨਾ ਪਊਗਾ ਸਾਡਾ ਜਿਹੜਾ ਟੇਸਟ ਆ ਉਹ ਅਸੀਂ ਪੂਰਾ ਮੇਨਟੇਨ ਰੱਖਿਆ ਆ ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਤੇ ਟੇਸਟ ਪੂਰਾ ਹੈ ਜੇ ਸਾਨੂੰ ਨਹੀਂ ਚੀਜ਼ ਚੰਗੀ ਲੱਗਦੀ ਤਾਂ ਅਸੀਂ ਮੋਹਰੇ ਰੱਖੇ ਹੀ ਨਹੀਂ ਸਕਦੇ ਉਹਨੂੰ ਉਹੀ ਰੱਖਣੀ ਹੈ ਮੋਹਰੇ ਜਿਹੜੀ ਬਿਲਕੁਲ ਟੇਸਟ ਹੀ ਹੈਗੀ ਆ ਤੇ ਇਹ ਸਾਡਾ ਮਠਿਆਈਆਂ ਦੇ ਨਾਲ ਗਲਤ ਚੀਜ਼ ਕੋਈ ਵੇਚਣ ਦਾ ਕੋਈ ਕੰਪਰੋਮਾਈਜ਼ ਕਰ ਹੀ ਨਹੀਂ ਸਕਦੇ ਕੁਆਲਿਟੀ ਮੈਟਰ ਕਰਦੀ ਹੈ ਕਿ ਤੁਸੀਂ ਕੁਆਲਿਟੀ ਕਿਸ ਤਰ੍ਹਾਂ ਦੀ ਕਰਦੇ ਆ ਕਿ ਦੇਸੀ ਘਿਓ ਵਰਤ ਰਹੇ ਹੈਗੇ ਆ ਤੁਸੀਂ ਕਿਸ ਤਰ੍ਹਾਂ ਦੀ ਸ਼ੂਗਰ ਵਰਤ ਰਹੇ ਆ ਕਿਸ ਤਰ੍ਹਾਂ ਦੇ ਇਨਗਰੀਡੀਐਂਟ ਵਰਤ ਰਹੇ ਆ ਕਦੋਂ ਮਠਿਆਈ ਬਣਾਈ ਆ ਕਦੋਂ ਤਾਜ਼ੀ ਬਣਾਈ ਆ ਮੈਂ ਇਹ ਵੀ ਦੇਖਦੀ ਹੁੰਦੀ ਹਾਂ ਲੱਡੂ ਫੈਕਟਰੀ ਦੇ ਵਿੱਚ ਆ ਕੇ ਕਿ ਇਹ ਹੈ ਕਿ ਪਹਿਲਾਂ ਮਠਿਆਈਆਂ ਬਣਾ ਕੇ ਪੂਰੀਆਂ ਭਰ ਕੇ ਨਹੀਂ ਰੱਖ ਦਿੱਤੀਆਂ ਜਾਂਦੀਆਂ ਕਿ ਹਫ਼ਤਾ ਹਫ਼ਤਾ ਦੋ ਦੋ ਹਫ਼ਤੇ ਤੁਸੀਂ ਉਹੀ ਖਾਈ ਚੱਲੋ ਕਿ ਜਦੋਂ ਤੁਹਾਨੂੰ ਲੋੜ ਹੈਗੀ ਆ ਅਸੀਂ ਉਦੋਂ ਹੀ ਮਠਿਆਈ ਬਣਾ ਕੇ ਦੇਵਾਂਗੇ ਇਹ ਸਪੈਸ਼ਲਿਟੀ ਮੈਨੂੰ ਲੱਗਦਾ ਬਹੁਤ ਖਾਸ ਲੱਗਦੀ ਹੈ ਇਸ ਜਗ੍ਹਾ ਦੇ ਉੱਤੇ ਬਿਲਕੁਲ 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 ਹੁਣ ਦੀਵਾਲੀ ਦੀਆਂ ਮਠਿਆਈਆਂ ਅਜੇ ਅਸੀਂ ਬਣਾਉਣੀਆਂ ਨਹੀਂ ਹੈਗੀਆਂ ਅਸੀਂ ਇੱਕ ਹਫ਼ਤਾ ਪਹਿਲਾਂ ਬਣਾਉਣੀਆਂ ਓਕੇ ਸਾਰੀਆਂ ਫਿਰ ਉਦੋਂ ਅਸੀਂ ਹਫ਼ਤਾ ਬਸ ਪੂਰਾ ਬਿਜ਼ੀ ਹੋਣਾ ਤਾਜ਼ੀ ਹੋਣੀ ਸਾਰੀ ਕੁਝ ਬਾਕੀ ਤਾਂ ਹੁਣ ਫਿਰ ਜਿਹੜੇ ਸਾਹ ਸੰਗਤ ਆ ਕਸਟਮਰਾਂ ਨੂੰ ਆਪੇ ਪਤਾ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ ਇਹ ਕਸਟਮਰ ਜਿਹੜੇ ਆ ਜੀ ਜੀ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਬੰਦਾ ਬਿਜ਼ੀ ਵੀ ਬਹੁਤ ਹੋ ਜਾਂਦਾ ਸੋ ਜਦੋਂ ਤੁਹਾਡੀ ਖੁਦ ਦੀ ਗੱਲ ਆਉਂਦੀ ਹੈ ਤੇ ਸਾਰਾ ਮਠਿਆਈਆਂ ਦੇ ਨਾਲ ਲਗਾ ਕਿੰਨਾ ਕੁ ਲਗਾ ਹੁਣ ਹੋ ਗਿਆ ਮਠਿਆਈਆਂ ਦੇ ਨਾਲ ਕਿ ਜਦੋਂ ਮਠਿਆਈ ਬਣਾਉਣੀ ਆ ਤਾਂ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਜਿਹੜਾ ਤੁਸੀਂ ਕੰਮ ਕਰਨਾ ਫਿਰ ਤੁਹਾਨੂੰ ਉਹਦੇ ਨਾਲ ਜੇ ਲਗਾ ਨਾ ਰਿਹਾ ਫਿਰ ਤੁਸੀਂ ਬਣਾ ਨਹੀਂ ਸਕਦੇ ਵਧੀਆ ਇਹ ਲਗਾ ਦੇ ਨਾਲ ਹੀ ਤੁਹਾਨੂੰ ਤੁਸੀਂ ਵਧੀਆ ਚੀਜ਼ ਬਣਾ ਸਕਦੇ ਆ ਤੇ ਲਗਾ ਸਾਡਾ ਹੁਣ ਇਸ ਵੇਲੇ ਪੂਰਾ ਆ ਵੀ ਕੋਈ ਕੰਪਰੋਮਾਈਜ਼ ਨਹੀਂ ਪੂਰਾ ਲਗਾ ਦੇ ਨਾਲੇ ਕੰਮ ਕਰਨਾ ਹੈ ਜੀ ਬਿਲਕੁਲ ਸੋ ਲੱਡੂ ਫੈਕਟਰੀ ਤੇ ਜਦੋਂ ਵੀ ਆਉਨੇ ਆ ਸਾਨੂੰ ਵੀ ਬੜਾ ਚੰਗਾ ਲੱਗਦਾ ਤੁਸੀਂ ਬਹੁਤ ਸਾਰੀ ਸਾਨੂੰ ਇਨਫੋਰਮੇਸ਼ਨ ਵੀ ਦਿੰਨੇ ਆ ਮਠਿਆਈਆਂ ਦੇ ਬਾਰੇ ਵੀ ਗੱਲ ਕਰਦੇ ਆ ਨਵੀਂ ਚੀਜ਼ ਵੀ ਦੱਸਦੇ ਆ ਕਿ ਪਿੰਕ ਲੱਡੂ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਕਿ ਤੁਸੀਂ ਡਿਫਰੈਂਟ ਤਰ੍ਹਾਂ ਦੀ ਚੀਜ਼ਾਂ ਵੀ ਬਣਾ ਸਕਦੇ ਹੈਗੇ ਆ ਸੋ ਸਾਡੇ ਵਿਊਅਰਸ ਨੂੰ ਵੀ ਪਤਾ ਲੱਗ ਗਿਆ ਕਿ ਨਵੀਆਂ ਚੀਜ਼ਾਂ ਇੱਥੇ ਬਣਾਈਆਂ ਜਾ ਸਕਦੀਆਂ ਨੇ ਮਿਲ ਸਕਦੀਆਂ ਨੇ ਤੇ ਆਪਦੀ ਡਿਮਾਂਡ ਦੇ ਹਿਸਾਬ ਦੇ ਨਾਲ ਮਠਿਆਈ ਤਿਆਰ ਕਰਵਾਈ ਜਾ ਸਕਦੀ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਕੁਝ ਤੁਸੀਂ ਚਾਹੋ ਉਹ ਚੀਜ਼ ਤੁਹਾਨੂੰ ਰੈਡੀ ਕਰਕੇ ਟਾਈਮ ਦੇ ਉੱਤੇ ਜਿਹੜਾ ਉਹ ਦਿੱਤਾ ਜਾ ਸਕਦਾ ਪਰ ਇਹ ਹੈ ਕਿ ਆਰਡਰ ਪਹਿਲਾਂ ਪਲੇਸ ਕੀਤਾ ਜਾਣਾ ਚਾਹੀਦਾ ਕਿ ਜੇ ਤੁਸੀਂ ਚਾਹੁੰਦੇ ਆ ਕਿ ਟਾਈਮ ਦੇ ਉੱਤੇ ਕੁਆਲਿਟੀ ਤੇ ਨਾਲ ਸਵਾਦ ਤੁਹਾਡੇ ਘਰ ਤੱਕ ਪਹੁੰਚ ਜਾਵੇ ਸੋ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਟਾਈਮ 'ਚ ਟਾਈਮ ਕੱਢਿਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਕੀ ਕਹੋਗੇ ਜੀ ਐਂਡ ਤੇ ਕੀ ਮੈਸੇਜ ਹੈ ਸਾਰਿਆਂ ਨੂੰ ਅਜੇ ਤਾਂ ਇਹ ਕਹਿੰਦੇ ਵੀ ਹੁਣ
ਸਾਰੇ ਸਾਧ ਸੰਗਤ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈ ਆ ਲੁੱਡ ਫੈਕਟਰੀ ਵੱਲੋਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੈਂਕ ਯੂ ਸੋ ਮੱਚ ਸੋ ਇੱਕ ਵਾਰੀ ਜ਼ਰੂਰ ਪਹੁੰਚੋ ਲੱਡੂ ਫੈਕਟਰੀ ਵਿੱਚ ਪਹੁੰਚੇ ਹੋਏ ਆ ਸੋ ਇੱਕ ਵਾਰੀ ਜ਼ਰੂਰ ਚੈੱਕ ਕਰੋ ਕਿਹੜੀਆਂ ਕਿਹੜੀਆਂ ਮਠਿਆਈਆਂ ਨੇ ਲੱਡੂ ਫੈਕਟਰੀ ਦੇ ਵਿੱਚ ਕੋਈ ਵੀ ਵਿਆਹ ਕੋਈ ਵੀ ਸ਼ਾਦੀ ਕੋਈ ਵੀ ਸਮਾਗਮ ਲੱਡੂਆਂ ਤੋਂ ਬਿਨਾਂ ਅਧੂਰਾ ਅਤੇ ਜੇ ਵਧੀਆ ਵਧੀਆ ਤਾਜ਼ੇ ਲੱਡੂ ਖਾਣੇ ਆ ਤਾਂ ਪਹੁੰਚੋ ਲੱਡੂ ਫੈਕਟਰੀ ਇਕੱਲੇ ਨਾਂ 'ਤੇ ਨਾ ਜਾਇਓ ਲੱਡੂ ਫੈਕਟਰੀ ਦੇ ਵਿੱਚ ਹੋਰ ਬਹੁਤ ਸਾਰੀਆਂ ਮਿਠਿਆਈਆਂ ਪਿੰਨੀਆਂ ਅਤੇ ਜਲੇਬੀਆਂ ਅਤੇ ਮਤਲਬ ਪਤਾ ਨਹੀਂ ਕਿਹੜੀ ਕਿਹੜੀ ਵਰਾਇਟੀ ਤੁਹਾਨੂੰ ਮਿਲ ਸਕਦੀ ਹੈ ਅਤੇ ਜਿਵੇਂ ਬੱਬਰ ਸਿੰਘ ਹੋਣਾ ਨੇ ਦੱਸਿਆ ਕਿ ਇੱਥੇ ਤਾਜ਼ੇ ਦੁੱਧ ਦੀਆਂ ਬਣੀਆਂ ਹੋਈਆਂ ਮਿਠਿਆਈਆਂ ਮਿਲਦੀਆਂ ਨੇ ਅਤੇ ਜੇ ਇੱਕ ਵਾਰ ਆਉਂਗੇ ਤਾਂ ਵਾਰ ਵਾਰ ਆਉਂਗੇ ਸੋ ਇੱਕ ਵਾਰੀ ਜ਼ਰੂਰ ਪਹੁੰਚੋ ਲੱਡੂ ਫੈਕਟਰੀ ਇਨਫੋਰਮੇਸ਼ਨ ਅਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ ਦੇਖਦੇ ਰਹੋ ਸਾਂਝਾ ਟੀਵੀ।